ਸਾਡੇ ਇੱਥੇ ਮੰਦ ਭਾਗੀ ਘਟਨਾ ਹੋਈ ਹੈ ਬਟਾਲਾ ਦੇ ਵਿੱਚ। ਸਾਡੇ ਬੜੇ ਅੱਛੇ ਇਨਸਾਨ ਸੀਗੇ ਮੁਕੇਸ਼ ਨਈਅਰ ਜੀ, ਉਹ ਸਾਡੇ ਇੱਥੋਂ ਦੇ ਪ੍ਰਧਾਨ ਨੇ, ਰਮੇਸ਼ ਨਈਅਰ ਉਹਨਾਂ ਦੇ ਬ੍ਰਦਰ ਸੀਗੇ ਛੋਟੇ, ਔਰ ਬੜੇ ਅੱਛੇ ਇਨਸਾਨ ਸੀਗੇ। ਉਹਨਾਂ ਨੂੰ ਬੇਵਜ੍ਹਾ ਉਹਨਾਂ ਨੂੰ ਸਵੇਰੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਔਰ ਉਸ ਦੇ ਰੋਸ ਵਜੋਂ ਅਸੀਂ ਅੱਜ ਇੱਥੇ ਆਏ ਹਾਂ। ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਮੈਂ ਸੰਦੇਸ਼ ਹੂੰ ਕਿ ਅਸੀਂ ਲੋਕ ਕਦੋਂ ਤੱਕ ਇਹ ਸਾਡੀਆਂ ਜਿਹੜੀਆਂ ਮਤਲਬ ਕਿ ਧਰਨਿਆਂ ਦੇ ਵਿੱਚ ਹੀ ਇਨਵੋਲਵ ਹੋਏ ਰਹਾਂਗੇ ਹਰ ਵੇਲੇ, ਕਿਉਂਕਿ ਦੇਖੋ ਮੇਰੇ ਖਿਆਲ 'ਚ ਪਿਛਲੇ 6 ਸਾਲ ਤੋਂ ਕੰਟੀਨਿਊ, ਸਭ ਤੋਂ ਪਹਿਲਾਂ ਹਮਲਾ ਮੇਰੇ 'ਤੇ ਹੋਇਆ ਸੀਗਾ 2015 ਦੇ ਵਿੱਚ, 2015 ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਕਿੰਨੇ ਹਿੰਦੂ ਨੇਤਾ ਜਿਹੜੇ ਉਹ ਮਾਰੇ ਜਾ ਚੁੱਕੇ ਨੇ, ਚਾਹੇ ਉਹ ਦੁਰਗਾ ਗੁਪਤਾ ਖੰਨਾ ਦੇ ਵਿੱਚ ਹੋ ਜਾਣ, ਚਾਹੇ ਮੋਹਾਲੀ ਦੇ ਵਿੱਚ, ਚਾਹੇ ਅੰਮ੍ਰਿਤਸਰ ਦੇ ਵਿੱਚ, ਚਾਹੇ ਗੁਰਦਾਸਪੁਰ ਦੇ ਵਿੱਚ, ਕਿਤੇ ਵੀ ਦੇਖ ਲਈਏ ਹਰ ਏਰੀਆ ਦੇ ਵਿੱਚ ਜਿਹੜੇ ਹੈ ਉਹ ਹਿੰਦੂਆਂ ਨੂੰ ਮਾਰਿਆ ਗਿਆ, ਜੋ ਸਾਡੇ ਲਈ ਬਹੁਤ ਹੀ ਇਸ ਟਾਈਮ ਜਿਹੜਾ ਦੁੱਖਦਾਈ ਘਟਨਾ ਮਤਲਬ ਕਿ ਜੋ ਘਟਨਾਕ੍ਰਮ ਚੱਲ ਰਿਹਾ। ਲੇਕਿਨ ਇਹਦੇ ਵਿੱਚ ਮੈਂ ਸਭ ਤੋਂ ਵੱਡੀ ਜਿਹੜੀ ਨਲਾਇਕੀ ਕਹਾਂਗਾ ਉਹ ਇਹ ਕਹਾਂਗਾ ਕਿ ਜਿਹੜੀ ਇੰਟੈਲੀਜੈਂਸ ਹੈ ਸਾਡੀ ਟੋਟਲੀ ਫੇਲ ਹੋ ਚੁੱਕੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਹੋ ਰਿਹਾ। ਮੈਨੂੰ ਲੱਗ ਰਿਹਾ ਕਿ ਇੰਟੈਲੀਜੈਂਸ ਸਿਰਫ ਔਰ ਸਿਰਫ ਇਸ ਕਾਰਨ ਕੀਤੀ ਬਣਾਈ ਗਈ ਹੈ ਕਿ ਉਹ ਸਾਡੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ 'ਤੇ ਨਜ਼ਰ ਰੱਖ ਸਕਣ, ਉਹ ਇਹ ਦੇਖ ਸਕਣ ਕਿ ਸ਼ਿਵ ਸੈਨਾ ਵਾਲੇ ਕੀ ਕਰਨ ਜਾ ਰਹੇ ਅੱਗੋਂ, ਉਹਨਾਂ ਦੀ ਜਿਹੜੀਆਂ ਰਿਪੋਰਟਸ ਜਿਹੜੀਆਂ ਹਾਇਰ ਆਫਿਸਰ ਨੂੰ ਭੇਜ ਕੇ ਸਾਡੀ ਉਹ ਜਿਹੜੀ ਵਿਉਂਤਬੰਦੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਸਾਡੀ ਸੇਫਟੀ ਵਾਸਤੇ ਕੁਝ ਨਹੀਂ ਪਲਾਨ ਕੀਤਾ ਜਾਂਦਾ। ਤੁਸੀਂ ਬਿਲੀਵ ਕਰੋ ਕਿ ਜਿਹੜੇ ਲੋਕ ਇਹ ਸਭ ਘਟਨਾ ਕਰ ਰਹੇ ਨੇ ਉਸ ਤੋਂ ਬਾਅਦ ਹੱਥ ਵੀ ਨਹੀਂ ਆਉਂਦੇ, ਉਹ ਕਿੱਡੀ ਵੱਡੀ ਨਲਾਇਕੀ ਹੋ ਸਕਦੀ ਹੈ। ਜਿਹੜੀ ਤੁਸੀਂ ਡੈੱਡ ਬੋਡੀ ਰੱਖੀ ਆ ਮੁਕੇਸ਼ ਕੁਮਾਰ ਜੀ ਦੀ, ਹੁਣ ਤੁਹਾਡੀ ਕਲੀਅਰ ਮੰਗ ਕੀ ਆ, ਕੀ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ? ਫਿਲਹਾਲ ਦੇਖੋ ਜੋ ਉਹਨਾਂ ਦੇ ਪਰਿਵਾਰ ਨੇ ਡਿਸਾਈਡ ਕੀਤਾ, ਫਿਲਹਾਲ ਤਾਂ ਫਸਟ ਆਫ ਆਲ ਤਾਂ ਜਿਹੜੀ ਹੈ ਉਹ ਜਿਹੜੀ ਹਾਇਰ ਅਥਾਰਟੀਜ਼ ਹੈਗੀਆਂ ਉਹ ਇੱਥੇ ਆ ਕੇ ਉਹਨਾਂ ਨੂੰ ਦੱਸਣ ਕਿ ਕੁਛ ਨਾ ਕੋਈ ਚਰਚਾ ਤਾਂ ਹੋਏਗੀ ਨਾ ਕਿ ਬਈ ਕਿਉਂ ਹੋਇਆ ਸਭ ਕੋਈ ਘਟਨਾ, ਆਫਟਰ ਆਲ ਇੰਟੈਲੀਜੈਂਸ ਹੈ, ਕੁਛ ਇਹਨਾਂ ਦਾ ਇੰਨਾ ਵੱਡਾ ਸਟਰਕਚਰ ਹੈ, ਕੀ ਇਹਨਾਂ ਨੇ ਹੁਣ ਤੱਕ ਟਰੇਸ ਆਊਟ ਕੀਤਾ? ਅੱਜ ਸਵੇਰੇ ਤਕਰੀਬਨ 4:15 ਤੋਂ 5 ਦਰਮਿਆਨ ਜਿਹੜਾ ਮੁਕੇਸ਼ ਕੁਮਾਰ ਨੇ ਉਹਨਾਂ ਦਾ ਮਰਡਰ ਹੋਇਆ, ਇਹ ਚਾਕੂ ਜਾਂ ਕਿੱਤੇ ਦੇ ਨਾਲ ਸਟੈਪਿੰਗ ਕੀਤੀ ਗਈ ਹੈ। ਅਸੀਂ ਉਹਦੇ ਲਈ ਆਪਣੀ ਟੀਮ ਬਣਾ ਦਿੱਤੀ ਹੈ ਜਿਹੜੀ ਅਲੱਗ ਅਲੱਗ ਜਗ੍ਹਾ ਤੋਂ CCTV ਫੁਟੇਜ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਇਹਦੇ ਕਾਰਨ ਕੁਛ ਕਰ ਰਿਹਾ, ਜੋ ਵੀ ਕਾਰਨ ਹੋਇਆ ਹੈ ਇਸ ਨੂੰ ਅਸੀਂ ਟਰੇਸ ਕਰਕੇ ਮੁਲਜ਼ਮ ਦੇ ਫੜ ਕੇ। ਸਰ ਫਸਟ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਜ਼ਰ ਆਉਂਦਾ, ਕੀ ਕਾਰਨ ਲੱਗ ਰਿਹਾ? ਨਹੀਂ ਹਜੇ ਤੱਕ ਅਸੀਂ ਇਸ ਸਿੱਟੇ 'ਤੇ ਨਹੀਂ ਪਹੁੰਚੇ ਵੀ ਕੀ ਕਾਰਨ ਹੋ ਸਕਦਾ, ਉਹ ਸਾਡੀਆਂ ਪਾਰਟੀਆਂ ਲੱਗੀਆਂ ਨੇ ਉਹ ਤੁਹਾਨੂੰ 1-2 ਦਿਨ 'ਚ ਜ਼ਰੂਰ ਦੱਸਣਗੇ। ਸਰ ਇਹ ਧਰਨਾ ਲੱਗਾ ਸੀ ਉਹਦੇ ਬਾਰੇ ਤੁਹਾਡੀ ਗੱਲਬਾਤ ਕੀ? ਧਰਨੇ ਦੇ ਵਿੱਚ ਮੇਰੀ ਇਹਨਾਂ ਨਾਲ ਗੱਲ ਹੋਊਗੀ ਵੀ ਕੇਸ ਨੂੰ ਅਸੀਂ ਹਰ ਹਾਲਤ ਵਿੱਚ ਟਰੇਸ ਕਰਾਂਗੇ ਮੁਲਜ਼ਮ ਫੜ ਕੇ ਜਿਹੜਾ ਵੀ ਇਹਦੇ ਲਈ ਜ਼ਿੰਮੇਵਾਰ ਹੈ ਅੰਦਰ। ਧਰਨਾ ਖਤਮ ਕਰ ਰਹੇ ਹਾਂ। ਬਿਲਕੁਲ।